6000 ਰੁਪਏ ਤੇ ਮਹੀਨੇ ਤੇ ਆਪ ਕੰਮ ਕਰਦੇ ਆ ਡਰਾਈਵਰ ਆਦਮੀ, ਤੇ ਉਹਦੇ ਨਾਲ ਪਰਿਵਾਰ ਪਾਲਦੇ। ਜੇ ਉਹ ਪਰਿਵਾਰ ਉਹਨੂੰ ਡਰਾਈਵਰ ਨੂੰ ਕੁਝ ਹੋ ਜਾਂਦਾ, ਜਿਹੜਾ ਮੁੱਢ ਹੁੰਦਾ ਘਰ ਦਾ ਉਹਨੂੰ ਕੁਝ ਹੋ ਜਾਂਦਾ, ਤਾਂ ਫਿਰ ਉਹ ਮਗਰ ਪਰਿਵਾਰ ਕੌਣ ਪਾਲੂਗਾ? ਰੋਡ 'ਤੇ ਚੱਲਦੇ ਆ, ਕਈ ਪਿੱਛੇ ਨੂੰ ਮੁੜ ਕੇ ਨਹੀਂ ਦੇਦਾ, ਅਗਲਾ ਮੂਹਰੇ ਆ ਜਾਂਦਾ, ਯਕਦਮ ਕੱਟ ਦਿੰਦਾ। ਜਾਂ ਬ੍ਰੇਕ ਵੀ ਕਿੰਨੀ ਕੁ ਲੱਗ ਜੂਗੀ ਗੱਡੀ ਦੀ, ਲੋਡ ਗੱਡੀ ਦੀ ਬ੍ਰੇਕ ਕਿੰਨੀ ਕੁ ਲੱਗਣੀ ਆ, ਅਤੇ ਉਹਦੇ ਨਾਲ ਇੱਦਾਂ ਆਉਂਦੇ ਆ ਨਸ਼ੇੜੀ ਜਿਹੜੇ ਆ, ਜਾਂ ਸ਼ਰਾਬੀ ਲਾ ਲਓ ਜਾਂ ਕੁਛ ਵੀ ਲਾ ਲਓ, ਮਤਲਬ ਉਹ ਮੂਹਰੇ ਆ ਜਾਂਦੇ ਆ। ਉਹਨਾਂ ਇਹ ਹੁੰਦਾ ਕੋਈ ਜਾਣ ਕੇ ਤਾਂ ਕਰਦਾ ਨੀਗਾ ਵੀ ਅਸੀਂ ਇਹ ਕੰਮ ਕਰ ਲਈਏ ਜੀ। ਇੱਕ ਗੱਲ ਹੋ ਰਹੀ ਹੈ, ਜਦੋਂ ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਥਾਂ ਥਾਂ ਬੋਰਡ ਲੱਗੇ ਹੁੰਦੇ ਸੀ, ਕੇਵਲ ਸੱਜੇ ਪਾਸੇ ਤੋਂ ਹੀ ਮਤਲਬ ਓਵਰਟੇਕ ਕਰੋ। ਹੁਣ ਜਿਹੜਾ ਹੁਣ ਦੇ ਹਾਲਾਤ ਵਾ, ਹੁਣ ਥੱਲੇ ਦੀ ਇਸ ਖੱਬੇ ਪਾਸੇ ਦੀ ਮਤਲਬ ਕਾਰ ਵਾਲਾ, ਕੋਈ ਬਾਈਕ ਵਾਲਾ ਕੋਈ ਵੀ ਆ, ਉਹ ਥੱਲੇ ਵਾਲੇ ਪਾਸੇ ਦੀ ਮਤਲਬ ਆ ਕ੍ਰੋਸ ਕਰਦਾ, ਥੱਲੇ ਮਤਲਬ ਓਵਰਟੇਕ ਕਰਦਾ। ਉਹਦੇ 'ਚ ਤਾਂ ਡਰਾਈਵਰ ਮਹਿਕਮੇ ਦਾ, ਡਰਾਈਵਰ ਦਾ ਜਾਂ ਕੋਈ ਮਾਲਕ ਖੁਦ ਗੱਡੀ ਚਲਾਉਂਦਾ, ਉਹਦਾ ਕੋਈ ਕਸੂਰ ਨਹੀਂ। ਉਹਨੂੰ ਕਸੂਰਵਾਰ ਗਿਣਦੇ ਹੀ ਨਹੀਂ, ਕਾਰ ਵਾਲੇ ਨੂੰ ਨਾ, ਬਾਈਕ ਵਾਲੇ ਨੂੰ ਨਾ, ਹੋਰ ਕਿਸੇ ਨੂੰ ਚੁੱਪ ਕਰਕੇ ਥੋਪ ਦਿੰਦੇ ਆ ਟਰੱਕ 'ਤੇ, ਇਹਨੂੰ ਲਓ ਕਾਬੂ, ਇਹਨੂੰ ਕਰੋ ਅੰਦਰ। ਸਭ ਤੋਂ ਅਹਿਮ ਗੱਲ ਇਹ ਆ, ਹੁਣ ਲੋਕਾਂ ਨੂੰ ਪਹਿਲੀ ਗੱਲ ਤਾਂ ਸਬਰ ਹੀ ਹੈ ਨਹੀਂਗਾ, ਲੋਕਾਂ ਦਾ ਸਬਰ ਟੁੱਟ ਚੁੱਕਿਆ। ਹੁਣ ਉਹ ਇੱਕ ਦੇਖਦੇ ਆ ਮੈਂ ਮੂਹਰੇ ਮਰ ਜਾਣਾ, ਮਨਜ਼ੂਰ ਆ ਕੀ ਆ ਵਾ, ਇਹ ਤੋਂ ਮੈਂ ਮੂਹਰੇ ਲੰਘਣਾ, ਇਹਨੂੰ ਕ੍ਰੋਸ ਕਰਨਾ ਹੀ ਕਰਨਾ। ਅਤੇ ਹੋਰ ਬਾਕੀ ਤੁਸੀਂ ਦੇਖਦੇ ਹੀ ਆ ਸਾਰਾ ਕੁਛ ਜਦੋਂ ਵਾਪਰ ਰਿਹਾ, ਉਹ ਠੀਕ ਨਹੀਂ ਹੈ। ਮਤਲਬ ਆਉਣ ਵਾਲੇ ਦਿਨਾਂ 'ਚ ਜ਼ਿਆਦਾ ਮਤਲਬ ਇੱਕ ਹਾਲਾਤ ਵਿਗੜ ਸਕਦੇ ਆ, ਅਤੇ ਜਿਹੜੇ ਇਹਨਾਂ ਨੇ ਕਾਨੂੰਨ ਬਣਾਏ ਆ ਉਹ ਤਾਂ ਬਿਲਕੁਲ ਹੈ ਹੀ ਸਰਾਸਰ ਗਲਤ। ਕਿਉਂਕਿ ਜੇ ਡਰਾਈਵਰ ਇੰਨੇ ਯੋਗਾ ਹੋਵੇ ਜਾਂ ਮਾਲਕ ਇੰਨੇ ਯੋਗਾ ਹੋਵੇ, ਤਾਂ ਗੱਡੀ ਕਾਹਦੇ ਫਿਰ ਬੰਗਲਾ ਕਾਹਨੂੰ ਘੁਮਾਵੇ ਆਪਣਾ ਰੋਡ 'ਤੇ, ਅਤੇ ਘਰ ਨਾ ਬੈਠ ਜਾਵੇ। ਹੁਣ ਗੱਡੀ ਆ ਚਲਾਉਣਾ ਕੋਈ ਵੀ ਡਰਾਈਵਰ ਆ, ਉਹਦੇ ਕੋਲ 5-7 ਹਜ਼ਾਰ ਵੱਧ ਤੋਂ ਵੱਧ 10 ਹਜ਼ਾਰ ਰੁਪਏ 'ਤੇ ਨੌਕਰੀ ਕਰਦਾ ਜੀ। ਜੇ ਉਹਦੇ ਕੋਲ ਬਾਈ ਚਾਂਸ ਐਕਸੀਡੈਂਟ ਹੋ ਜਾਂਦਾ ਆ ਜੀ, ਉਹ 10 ਲੱਖ ਰੁਪਈਆ ਜੁਰਮਾਨਾ ਕਿੱਥੋਂ ਦਊਗਾ ਜੀ? ਜੇ ਉਸ ਬੰਦੇ ਕੋਲ 10 ਲੱਖ ਰੁਪਈਆ ਆਪਣੇ ਕੋਲ ਹੋਵੇ, ਉਹ ਗੱਡੀ ਨਾ ਆਪਣੀ ਪਾਵੇ ਜੀ। ਕੱਲ੍ਹ ਮੋਦੀ ਸਰਕਾਰ ਵੱਲੋਂ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈ ਕਿ ਅਕਸਰ ਜਿਹੜੇ ਰੋਡਾਂ ਦੇ ਉੱਤੇ ਐਕਸੀਡੈਂਟ ਹੁੰਦੇ ਨੇ, ਉਹਨੂੰ ਜ਼ਿਆਦਾਤਰ ਜ਼ਿੰਮੇਵਾਰੀ ਜਿਹੜੇ ਡਰਾਈਵਰ ਨੂੰ ਸਮਝਿਆ ਜਾਂਦਾ ਕਿ ਟਰੱਕ ਚਾਲਕ ਦੇ ਕਾਰਨ ਇਹ ਐਕਸੀਡੈਂਟ, ਪਰ ਕਾਰਨ ਕੀ ਹੁੰਦੇ ਨੇ ਇਹ ਤਾਂ ਸਮਾਂ ਹੁੰਦਾ ਕਿ ਕਈ ਵਾਰੀ ਕੋਈ ਗਲਤ ਕ੍ਰੋਸਿੰਗ ਕਰ ਰਿਹਾ ਹੁੰਦਾ ਜਾਂ ਕਿਸੇ ਨੇ ਸ਼ਰਾਬ ਪੀਤੀ ਹੁੰਦੀ ਆ, ਕਈ ਤਰ੍ਹਾਂ ਦੇ ਕਾਰਨ ਹੋ ਸਕਦੇ, ਪਰ ਉਹਦੇ ਲਈ ਜ਼ਿੰਮੇਵਾਰ ਜਿਹੜਾ ਟਰੱਕ ਡਰਾਈਵਰ ਨੂੰ ਸਮਝਿਆ ਜਾਂਦਾ ਹੈ। ਅਤੇ ਉਹਨੂੰ ਲੈ ਕੇ ਇੱਕ ਫੈਸਲਾ ਲਿਆ ਗਿਆ ਰਨ ਐਂਡ ਹਿੱਟ, ਜਿਹੜੇ ਕਿ ਹਿੱਟ ਕਰਕੇ ਦੌੜ ਜਾਣਾ, ਉਹਦੇ ਉੱਤੇ ਇੱਕ ਜਿਹੜਾ ਫੈਸਲਾ ਕੇਂਦਰ ਸਰਕਾਰ ਵੱਲੋਂ ਲੈ ਲਿਆ ਗਿਆ। ਅਤੇ ਉਹਦੇ ਉੱਤੇ ਜੇ ਕੋਈ ਟਰੱਕ ਦਾ ਜਿਹੜਾ ਚਾਲਕ ਆ ਫੜਿਆ ਜਾਂਦਾ, ਤਾਂ ਉਹਦੇ 'ਤੇ 10 ਸਾਲ ਦੀ ਸਜ਼ਾ ਅਤੇ ਉਹਨੂੰ 10 ਸਾਲ ਦਾ ਜੁਰਮਾਨਾ, ਜਾਂ ਹੋਰ ਵੱਖ ਵੱਖ ਤਰ੍ਹਾਂ ਦੀਆਂ ਧਾਰਾਵਾਂ ਲਾ ਕੇ ਉਹ 'ਤੇ ਮਾਮਲੇ ਵੀ ਦਰਜ ਹੋਣਗੇ, ਉਹਨੂੰ ਜੁਰਮਾਨੇ ਵੀ ਲੱਗਣਗੇ। ਸੋ ਉਹਨੂੰ ਦੇਖ ਕੇ ਇਹ ਪੂਰੇ ਅੱਜ ਜਿਹੜਾ ਆ ਟਰਾਂਸਪੋਰਟ ਜਿਹੜੇ ਆ ਟਰੱਕ ਨੇ, ਹੋਰ ਵੀ ਜਿਹੜੇ ਹੈਗੇ ਵਹੀਕਲ ਨੇ, ਉਹਨੇ ਸਾਰਿਆਂ ਨੇ ਸਟ੍ਰਾਈਕ ਕੀਤੀ ਆ, ਇੱਕ ਕਿਸਮ ਹੜਤਾਲ ਕਰ ਦਿੱਤੀ ਆ ਕਿ ਕੋਈ ਵੀ ਜਿਹੜਾ ਟਰੱਕ ਆ ਉਹ ਰੋਡ 'ਤੇ ਨਹੀਂ ਚੱਲੇਗਾ, ਔਰ ਜਿਹਦੇ ਨਾਲ ਬਹੁਤ ਭਾਰੀ ਜਿਹੜਾ ਨੁਕਸਾਨ ਜਿਹੜਾ ਪੂਰੇ ਦੇਸ਼ ਨੂੰ ਹੋਵੇਗਾ। ਸੋ ਪਹਿਲਾਂ ਮੈਂ ਦੇਖ ਸਕਦਾ ਦਿਖਾ ਕੈਮਰਾ ਕਹਾਂ ਦਿਖਾ ਗਿਆ ਕਿ ਕਿਵੇਂ 300-400 ਦੇ ਲਗਭਗ ਟਰੱਕ ਜਿਹੜੇ ਆ ਬਿਲਕੁਲ ਜਿਹੜੇ ਆ ਇਸ ਵੇਲੇ ਯੂਨੀਅਨ 'ਚ ਖੜ੍ਹੇ ਨੇ, ਕਿਉਂਕਿ ਅੱਜ ਜਿਹੜੇ ਰੋਡਾਂ 'ਤੇ ਚੱਲਣੇ ਸੀ ਸਾਰੇ ਇਸ ਵੇਲੇ ਟਰੱਕ ਜਿਹੜੇ ਆ ਆਪਣੇ ਯੂਨੀਅਨ ਦੇ ਵਿੱਚ ਖੜ੍ਹੇ ਨੇ। ਸੋ ਸਾਡੇ ਨਾਲ ਇੱਥੋਂ ਦੇ ਮੁਨਸ਼ੀ ਸਾਹਿਬ ਵੀ ਨੇ ਟਰੱਕ ਯੂਨੀਅਨ ਦੇ, ਔਰ ਹੋਰ ਡਰਾਈਵਰ ਭਾਈਚਾਰਾ ਸਾਰਾ ਖੜ੍ਹਾ ਆ। ਆਪਾਂ ਜਾਣਦੇ ਹਾਂ ਕਿ ਕੇਂਦਰ ਸਰਕਾਰ ਦਾ ਫੈਸਲੇ ਤੁਸੀਂ ਕਿਵੇਂ ਦੇਖਦੇ ਹੋ ਅਤੇ ਕੀ ਫੈਸਲਾ ਕੀ ਹੈ? ਹਾਂਜੀ, ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ। ਅਤੇ ਅਸੀਂ ਜੀ ਇਹ ਜਿਹੜੇ ਕਾਨੂੰਨ ਵੱਲੋਂ ਸੈਂਟਰ ਸਰਕਾਰ ਵੱਲੋਂ ਮੋਦੀ ਵੱਲੋਂ ਇਹ ਪਾਸ ਕੀਤਾ ਗਿਆ ਕਾਨੂੰਨ, ਉਹਦੇ ਵਿਰੋਧ ਦੇ ਵਿੱਚ 3 ਦਿਨਾਂ ਤੋਂ ਅਸੀਂ ਧਰਨੇ 'ਤੇ ਬੈਠੇ ਹਾਂ ਜੀ। ਸਾਡਾ ਸਾਰਾ ਹੀ ਕਾਰੋਬਾਰ ਅਸੀਂ ਠੱਪ ਕੀਤਾ ਆ ਜੀ, ਜਦ ਕਿ ਇਹ ਕੇਂਦਰ ਸਰਕਾਰ ਆਪਣਾ ਇਹ ਜਿਹੜਾ ਕਾਨੂੰਨ ਪਾਸ ਕੀਤਾ ਇਹ ਵਾਪਸ ਨਹੀਂ ਲੈਂਦੀ, ਉਦ ਤੱਕ ਇਹ ਧਰਨਾ ਇੱਦਾਂ ਹੀ ਚੱਲੂਗਾ ਜੀ। ਇਹਦੇ ਵਿੱਚ ਧਰਨੇ ਦੇ ਵਿੱਚ ਜੀ ਕੇਂਦਰ ਸਰਕਾਰ ਵੱਲੋਂ ਜੇ ਕੋਈ ਐਕਸੀਡੈਂਟ ਹੁੰਦਾ ਜਾਂ ਕਿਸੇ ਦੀ ਮੌਤ ਹੋ ਜਾਂਦੀ ਆ ਅਤੇ 10 ਸਾਲ ਦੀ ਕੈਦ ਅਤੇ 10 ਲੱਖ ਰੁਪਈਆ ਜੁਰਮਾਨਾ ਆ ਜੀ।
ਜੇ ਉਹ ਡਰਾਈਵਰ ਮੌਕੇ 'ਤੇ ਖੜ੍ਹਾ ਰਹਿੰਦਾ ਆ ਜਾਂ ਉਹਨੂੰ ਜਿਹਦਾ ਐਕਸੀਡੈਂਟ ਹੁੰਦਾ ਆ ਉਹਨੂੰ ਚੱਕ ਕੇ ਹੋਸਪਿਟਲ ਲੈ ਜਾਂਦਾ ਤਾਂ ਉਹਨੂੰ ਜੀ 7 ਸਾਲ ਦੀ ਕੈਦ ਅਤੇ 7 ਲੱਖ ਰੁਪਈਏ ਜੁਰਮਾਨਾ ਆ ਜੀ। ਅਸੀਂ ਹੁਣ ਜੀ ਇਹ ਇਕੱਲੇ ਗੱਡੀਆਂ ਵਾਲੇ 'ਤੇ ਨਹੀਂ ਹੈਗਾ, ਹਰੇਕ ਦਾ ਮੋਟਰਸਾਈਕਲ ਦੇ ਨਾਲ ਵੀ ਬੰਦਾ ਕਿਸੇ ਦਾ ਐਕਸੀਡੈਂਟ ਹੋ ਸਕਦਾ, ਕਾਰ ਦੇ ਨਾਲ ਵੀ ਹੋ ਸਕਦਾ ਜੀ। ਹੁਣ 10 10 ਹਜ਼ਾਰ ਦਾ ਮੋਟਰਸਾਈਕਲ ਆ ਅਤੇ ਬੰਦਾ ਐਕਸੀਡੈਂਟ ਦੇ ਨਾਲ ਮੌਤ ਹੋ ਜਾਂਦੀ ਆ ਜੀ, ਉਹ 10 ਲੱਖ ਰੁਪਈਆ ਕਿੱਥੋਂ ਭਰੂਗਾ ਜੀ 10 ਹਜ਼ਾਰ ਮੋਟਰਸਾਈਕਲ ਵਾਲਾ। ਇਸ ਕਰਕੇ ਕਿਉਂ ਕੋਈ ਸ਼ਰਾਬੀ ਆ ਕੋਈ ਨਸ਼ੇੜੀ ਆ, ਉਹਨੇ ਜਾਣ ਜਾਣ ਕੇ ਮੂਹਰੇ ਆ ਕੇ ਗੱਡੀਆਂ ਦੇ ਮੂਹਰੇ ਡਿੱਗੀ ਜਾਣਾ, ਉਹਨਾਂ ਨੂੰ ਕਹਿਣਾ 10 ਲੱਖ ਰੁਪਈਆ ਬਣੀ ਜਾਂਦਾ ਜੀ। ਇਸ ਕਰਕੇ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਕਾਨੂੰਨ ਵਾਪਸ ਲਿਆ ਜਾਵੇ ਅਤੇ ਹੁਣ ਤੁਸੀਂ ਦੇਖ ਰਹੇ ਹੋ ਪੈਟਰੋਲ ਪੰਪ ਤੋਂ ਵੀ ਤੇਲ ਮੁੱਕਣ ਲੱਗ ਪਿਆ ਹੈ ਜੀ। ਸਾਰੇ ਹੀ ਵਪਾਰਿਕ ਧੰਦਾ ਸਾਰੇ ਬੰਦ ਹੋ ਚੁੱਕਾ ਹੈ ਜੀ, ਬਿਲਕੁਲ ਠੱਪ ਹੋ ਚੁੱਕਾ ਆ, ਕਿਉਂਕਿ ਹਰੇਕ ਨੂੰ ਡਰ ਆ ਕਿ ਇਹ ਕਾਨੂੰਨ ਦੇ ਨਾਲ ਕਿ 10 ਸਾਲ ਦੀ ਸਜ਼ਾ 10 ਲੱਖ ਰੁਪਈਆ ਜੁਰਮਾਨਾ ਕਿੱਥੋਂ ਦੇਊਗਾ। ਹੁਣ ਗੱਡੀ ਆ ਚਲਾਉਣਾ ਕੋਈ ਵੀ ਡਰਾਈਵਰ ਆ ਉਹਦੇ ਕੋਲ 5-7 ਹਜ਼ਾਰ ਵੱਧ ਤੋਂ ਵੱਧ 10 ਹਜ਼ਾਰ ਰੁਪਏ 'ਤੇ ਨੌਕਰੀ ਕਰਦਾ ਜੀ, ਜੇ ਉਹਦੇ ਕੋਲ ਬਾਈ ਚਾਂਸ ਐਕਸੀਡੈਂਟ ਹੋ ਜਾਂਦਾ ਆ ਜੀ ਉਹ 10 ਲੱਖ ਰੁਪਈਆ ਜੁਰਮਾਨਾ ਕਿੱਥੋਂ ਦੇਊਗਾ ਜੀ। ਜੇ ਉਹਦੇ ਉਸ ਬੰਦੇ ਕੋਲ 10 ਲੱਖ ਰੁਪਈਆ ਆਪਣੇ ਕੋਲ ਹੋਵੇ ਉਹ ਗੱਡੀ ਨਾ ਆਪਣੀ ਪਾਵੇ ਜੀ। ਇਸ ਕਰਕੇ ਇਸ ਜਿਹੜਾ ਕਾਨੂੰਨ ਪਾਸ ਕੀਤਾ ਇਹਦੇ ਦੇਖਦੇ ਸਾਰ ਕਿਸੇ ਨੇ ਵੀ ਗੱਡੀ ਨਹੀਂ ਚਲਾਉਣੀ ਜੀ, ਨਾ ਸਾਰੇ ਕਾਰੋਬਾਰ ਬੰਦ ਹੋ ਜਾਣਾ ਹੈ ਜੀ। ਅਤੇ ਕਿੰਨੇ ਚਿਰ ਦੀ ਹੁਣ ਜਿਹੜੀ ਹੜਤਾਲ ਤੁਸੀਂ ਲੰਬਨ ਕੀਤੀ ਆ? ਇਹ ਜੀ ਜਦ ਤੱਕ ਮੋਦੀ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਇਹ ਹੜਤਾਲ ਇੱਦਾਂ ਹੀ ਚੱਲੂਗੀ ਲਗਾਤਾਰ ਜੀ। ਹੁਣ ਪਹਿਲੇ ਟਰੱਕਾਂ ਲਈ ਆ ਕਿ ਹੋਰ ਵੀ ਵਹੀਕਲ ਲਈ ਵੀ ਜਿਵੇਂ 4 ਵਹੀਕਲ ਕਾਰ ਹੈ ਬਾਕੀ ਇਹਨਾਂ 'ਤੇ ਵੀ ਪ੍ਰਭਾਵਿਤ ਹੋਏਗਾ ਇਹ ਜਿਹੜਾ ਫੈਸਲਾ? ਇਹ ਜੀ ਸਾਰਿਆਂ 'ਤੇ ਪ੍ਰਭਾਵਿਤ ਹੈ ਜੀ, ਕਾਰ ਮੋਟਰਸਾਈਕਲ ਟਰੱਕ ਸਾਰੀਆਂ ਚੀਜ਼ਾਂ 'ਤੇ ਆ ਪ੍ਰਭਾਵਿਤ ਜੀ ਇਹ। ਹੋਰ ਵੀ ਸਾਡੇ ਨਾਲ ਡਰਾਈਵਰ ਨੇ, ਭਾਈ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਫੈਸਲਾ ਮੋਦੀ ਜੀ ਨੇ ਲਿਆ ਕਿ ਕੋਈ ਵੀ ਅਗਰ ਐਕਸੀਡੈਂਟ ਹੁੰਦਾ ਆ ਉਹਦੇ ਲਈ ਸਿਰਫ ਅਤੇ ਸਿਰਫ ਵੱਡੀ ਹੈਵੀ ਗੱਡੀ ਨੂੰ ਮੰਨਿਆ ਜਾ ਰਿਹਾ ਵੀ ਉਹਦੇ 'ਤੇ ਹੀ ਫਾਈਨ, ਉਹਨੂੰ ਹੀ ਜੁਰਮਾਨਾ, ਉਹਨੂੰ ਹੀ ਸਜ਼ਾ ਹੋਵੇਗੀ, ਅਤੇ ਕੀ ਫੈਸਲੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਪਹਿਲ ਦੇ ਆਧਾਰ 'ਤੇ ਗੱਲ ਇਹ ਆ ਕਿ ਕੋਈ ਵੀ ਐਕਸੀਡੈਂਟ ਜਾਣ ਬੁੱਝ ਕੇ ਨਹੀਂ ਕਰਨਾ ਚਾਹੁੰਦਾ, ਠੀਕ ਹੈ ਕਿ ਨਹੀਂ? ਕੋਈ ਨਹੀਂ ਡਰਾਈਵਰ ਚਾਹੁੰਦਾ ਕਿ ਮੇਰੀ ਗੱਡੀ ਦੇ ਨਾਲ ਹੀ ਐਕਸੀਡੈਂਟ ਹੋਵੇ, ਠੀਕ ਹੈ ਜੀ? ਉਹ ਤੋਂ ਬਾਅਦ ਜਿਹੜਾ ਇਹ ਮੋਦੀ ਨੇ ਕਾਨੂੰਨ ਪਾਸ ਕੀਤੇ ਆ, ਠੀਕ ਹੈ, ਇਹਦੇ ਵਿੱਚ ਜੇ ਕੋਈ ਅਚਾਨਕ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਆ ਤਾਂ ਉਹਨੂੰ 10 ਸਾਲ ਦੀ ਸਜ਼ਾ ਅਤੇ 10 ਲੱਖ ਰੁਪਇਆ ਜੁਰਮਾਨਾ ਫਾਈਨ ਭਰਨਾ ਪਊਗਾ ਜੀ। ਜੇ ਉਹ ਮੌਕੇ ਦੇ ਉੱਤੇ ਡਰਾਈਵਰ ਫਰਾਰ ਹੁੰਦਾ ਆ ਤਾਂ ਉਹਨੂੰ 7 ਸਾਲ ਦੀ ਸਜ਼ਾ ਅਤੇ 7 ਲੱਖ ਰੁਪਇਆ ਜੁਰਮਾਨਾ ਭਰਨਾ ਪਊਗਾ ਜੀ। ਇਸੇ ਦੇ ਆਧਾਰ ਦੇ ਉੱਤੇ ਦੇਖੋ ਗੱਡੀਆਂ ਜਿੰਨੀਆਂ ਵੀ ਇੱਥੇ ਚੱਲਦੀਆਂ ਇਹ ਹਰ ਇੱਕ ਗੱਡੀ ਦੇ ਉੱਤੇ ਲਾਗੂ ਹੁੰਦਾ ਆ ਜੀ। ਕੋਈ ਗੱਡੀ 4-ਵੀਲਰ ਆ ਚਾਹੇ 2-ਵੀਲਰ ਆ, ਜਿਸ ਗੱਡੀ ਦਾ ਐਕਸੀਡੈਂਟ ਹੋ ਗਿਆ ਬਸ ਉਸੇ ਦੇ ਉੱਤੇ ਇਹ ਜੁਰਮਾਨਾ ਪੈਂਦਾ ਆ। ਕੋਈ ਵੀ ਜਾਣ ਬੁੱਝ ਕੇ ਨਹੀਂ ਐਕਸੀਡੈਂਟ ਕਰਨਾ ਚਾਹੁੰਦਾ ਜੀ, ਇੱਕ ਨਹੀਂ। ਇਸੇ ਦੇ ਆਧਾਰ ਦੇ ਉੱਤੇ ਜਦ ਵੀ ਕੋਈ ਗੱਡੀ ਰੋਡ ਦੇ ਉੱਤੇ ਜਾਂਦੀ ਆ, ਠੀਕ ਹੈ, ਕੋਈ ਨਸ਼ੇੜੀ ਆ, ਕੋਈ ਕਿਸੇ ਪਾਸੇ ਓਵਰਟੇਕ ਕਰਦਾ ਆ, ਕੋਈ ਕਿਸੇ ਨੂੰ ਸਿਗਨਲ ਦੀ ਨਹੀਂ ਧੁੱਤ ਰਹਿੰਦੀ ਹੈਗੀ, ਹੈ ਨਾ, ਪੰਜਾਬ 'ਚ ਨਸ਼ਾ ਪਹਿਲਾਂ ਹੀ ਬਹੁਤ ਵੱਧ ਚੁੱਕਿਆ ਆ, ਠੀਕ ਹੈ ਨਹੀਂ, ਕਸੂਰ ਹਰੇਕ ਵਾਰੀ ਵੱਡੀ ਗੱਡੀ ਦੇ ਉੱਤੇ ਹੀ ਆਉਂਦਾ ਆ। ਗਲਤੀ ਭਾਵੇਂ ਦੂਸਰੇ ਬੰਦੇ ਦੀ ਕਿਉਂ ਨਾ ਹੋਵੇ, ਜਿਸ ਗੱਡੀ ਦੇ ਆਧਾਰ ਦੇ ਉੱਤੇ ਜਿਹਦਾ ਐਕਸੀਡੈਂਟ ਹੋ ਗਿਆ ਅਣ ਉਸ ਟਾਈਮ ਦੇ ਉੱਤੇ ਜਿੱਦਾਂ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਬੰਦੇ ਦੀ ਡੈਥ ਹੋ ਗਈ ਹੈ ਨਾ, ਕਸੂਰ ਹਮੇਸ਼ਾ ਵੱਡੀ ਗੱਡੀ ਵਾਲੇ ਨੂੰ ਮੰਨਿਆ ਜਾਂਦਾ। ਇਸੇ ਦੇ ਆਧਾਰ ਦੇ ਉੱਤੇ ਅਸੀਂ 3 ਦਿਨ ਤੋਂ ਹੜਤਾਲ ਦੇ ਉੱਤੇ ਬੈਠੇ ਹਾਂ। ਇਹ ਹੜਤਾਲ ਅਣਮਿੱਥੇ ਸਮੇਂ ਲਈ ਚੱਲੇਗੀ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ। ਤੁਹਾਡੀ ਇਸ ਹੜਤਾਲ ਨਾਲ ਕਿਹੜੀ ਕਿਹੜੀ ਚੀਜ਼ ਪ੍ਰਭਾਵਿਤ ਹੋਵੇਗੀ? ਖਾਸ ਤੌਰ 'ਤੇ ਜੇ ਪੈਟਰੋਲ ਦੀ ਗੱਲ ਕਰੀਏ, ਗੈਸ ਸਿਲੰਡਰਾਂ ਦੀ ਗੱਲ ਕਰੀਏ, ਸਬਜ਼ੀਆਂ ਦੀ ਗੱਲ ਕਰੀਏ, ਹੋਰ ਬਹੁਤ ਸਾਰੇ ਜਿਹੜਾ ਸਮਾਨ ਹੈ ਜਿਹਨਾਂ 'ਤੇ ਟਰਾਂਸਪੋਰਟ ਹੁੰਦਾ ਹੈ ਉਹ ਸਾਰੇ ਪ੍ਰਭਾਵਿਤ ਰਹਿਣਗੇ, ਅਤੇ ਕੀ ਇਸ ਚੀਜ਼ ਨੂੰ ਕਿਵੇਂ ਲਿਖਦੇ ਹੋ?
ਉਸੇ ਦੇ ਆਧਾਰ ਦੇ ਉੱਤੇ ਜਦੋਂ ਇੱਥੇ ਗੱਡੀਆਂ ਹੁਣ ਸਾਡੀ ਇੱਥੋਂ ਸਾਰੀ ਢੋਆ ਢੁਆਈ ਦਾ ਸਾਰਾ ਕੰਮ ਚੱਲਦਾ ਪਿਆ, ਸਰਕਾਰ ਦੇ ਉੱਪਰ ਅਸੀਂ ਸਰਕਾਰ ਦੀਆਂ ਸਪੈਸ਼ਲਾਂ ਢੋਂਦੇ ਹਾਂ, ਜਿੰਨਾ ਵੀ ਹੋਵੇ ਇੱਥੋਂ ਸਪੈਸ਼ਲ ਭਰ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਭੇਜੀ ਜਾਂਦੀ ਹੈ। ਜਦ ਸਾਡੀਆਂ ਗੱਡੀਆਂ ਨਹੀਂ ਚੱਲਣਗੀਆਂ ਤਾਂ ਉਹਨਾਂ ਨੂੰ ਉੱਥੇ ਰਾਸ਼ਨ ਪਾਣੀ ਕਿਵੇਂ ਪਹੁੰਚਾਇਆ ਜਾਊਗਾ? ਇਸੇ ਚੀਜ਼ ਦਾ ਉਹਨਾਂ ਦੇ ਸਰਕਾਰ ਨੂੰ ਵੀ, ਉਹਨਾਂ ਦੀਆਂ ਵੀ ਅੱਖਾਂ ਖੁੱਲ੍ਹਣਗੀਆਂ ਇਸੇ ਚੀਜ਼ ਨੂੰ ਦੇਖ ਕੇ ਕਿ ਹਾਂ ਸਾਡੇ ਵੀ ਇੱਥੇ ਰਾਸ਼ਨ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਅਤੇ ਇਹਨਾਂ ਨੂੰ ਕਰਕੇ ਕਾਲੇ ਕਾਨੂੰਨ ਇਹ ਵੇਲੇ ਵਾਪਸ ਹੋ ਜਾਣ। ਅਗਰ ਮੋਦੀ ਸਰਕਾਰ ਇਹ ਵਾਪਸ ਨਹੀਂ ਕਰਦੀ ਤਾਂ ਫਿਰ ਇਸ ਤੋਂ ਅਗਲਾ ਫੈਸਲਾ ਕੀ ਹੋਵੇਗਾ ਤੁਹਾਡਾ? ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਯੂਨੀਅਨਾਂ ਨਾਲ, ਸਾਰਿਆਂ ਨਾਲ ਗੱਲਬਾਤ ਕਰਕੇ, ਇਹਨਾਂ ਦੇ ਸੈਂਟਰ ਦੇ ਪ੍ਰਧਾਨ ਜੀ ਨਾਲ, ਉਹਨਾਂ ਨਾਲ ਗੱਲਬਾਤ ਕਰਕੇ ਜਿੱਦਾਂ ਵੀ ਉਹਨਾਂ ਦਾ ਹੁਕਮ ਹੋਊਗਾ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਹਾਂਜੀ ਭਾਅ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖਦੇ ਫੈਸਲੇ ਨੂੰ? ਦੇਖੋ ਜੀ, 5-6 ਹਜ਼ਾਰ ਰੁਪਏ ਤਾਂ ਮਹੀਨੇ ਦੇ ਆਪ ਕੰਮ ਕਰਦੇ ਆ ਡਰਾਈਵਰ ਆਦਮੀ, ਅਤੇ ਉਹਦੇ ਨਾਲ ਪਰਿਵਾਰ ਪਾਲਦੇ। ਜੇ ਉਹ ਪਰਿਵਾਰ ਉਹਨੂੰ ਡਰਾਈਵਰ ਨੂੰ ਕੁਛ ਹੋ ਜਾਂਦਾ, ਜਿਹੜਾ ਮੁੱਢ ਹੁੰਦਾ ਘਰ ਦਾ ਉਹਨੂੰ ਕੁਛ ਹੋ ਜਾਂਦਾ ਤਾਂ ਫਿਰ ਉਹ ਮਗਰ ਪਰਿਵਾਰ ਕੌਣ ਪਾਲੂਗਾ? ਠੀਕ ਨਾ ਜੀ, ਇਹ ਤਾਂ ਬਹੁਤ ਗਲਤ ਕਾਨੂੰਨ ਬਣਾਇਆ ਇਹ ਨਹੀਂ, ਮਤਲਬ ਚਲੋ ਠੀਕ, ਮਤਲਬ ਇਹ ਕਾਨੂੰਨ ਬਣਾ ਦਿੱਤਾ ਲੇਕਿਨ ਇਹ ਨਹੀਂ ਕਿਹਾ ਕਿ ਪਹਿਲਾਂ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਉਹ ਐਕਸੀਡੈਂਟ ਹੋਇਆ ਪਹਿਲਾਂ ਉਹਦੀ ਵੈਰੀਫਾਈ ਹੋਵੇ ਕਈ ਕਾਰਨ ਕੀ ਰਿਹਾ, ਸ਼ਰਾਬੀ ਮੂਹਰੇ ਆ ਗਿਆ, ਕੋਈ ਧੁੰਦ ਦੇ ਕਾਰਨ ਹੈ, ਕੋਈ ਹੋਰ ਕਾਰਨ ਵੀ ਹੋ ਸਕਦਾ, ਮੂਹਰੇ ਵਹੀਕਲ ਜਾ ਰਿਹਾ ਉਹਨੂੰ ਕੋਈ ਡੈਮੇਜ ਹੋ ਜਾਂਦਾ, ਅਚਾਨਕ ਨਹੀਂ ਲੱਗਦੀ ਕਿ ਬ੍ਰੇਕ ਸਾਹਮਣੇ ਕੁਛ ਹੁੰਦਾ, ਉਹ ਜੀ ਬਿਨਾਂ ਇਨਕੁਆਇਰੀ ਬਿਨਾਂ ਤਫਤੀਸ਼ ਕੀਤੇ ਇੱਕਦਮ ਹੀ ਵੱਡੇ ਗੱਡੀ ਦੇ ਚਾਲਕ ਦੇ ਉੱਤੇ ਫੈਸਲਾ ਦੇ ਦਿੱਤਾ ਕਿ ਉਹਨੂੰ ਇੰਨੀ ਸਜ਼ਾ ਇੰਨਾ ਜੁਰਮਾਨਾ ਹੋਵੇਗਾ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਇਹ ਹੁਣ ਕਿੰਨਾ ਵੱਡਾ ਗਲਤ ਹੈ? ਇਹ ਤਾਂ ਪੂਰਾ ਗਲਤ ਹੀ ਹੈ ਜੀ। ਹੁਣ ਜਦੋਂ ਰੋਡ 'ਤੇ ਚੱਲਦੇ ਆ ਜੀ, ਕਈ ਪਿੱਛੇ ਨੂੰ ਮੁੜ ਕੇ ਨਹੀਂ ਦੇਖਦਾ ਅਗਲਾ, ਮੂਹਰੇ ਆ ਜਾਂਦਾ ਜਕਦਮ ਕੱਟ ਦਿੰਦਾ, ਜਾਂ ਬ੍ਰੇਕ ਵੀ ਕਿੰਨੀ ਕੁ ਲੱਗ ਜੂਗੀ ਗੱਡੀ ਦੀ, ਲੋਡ ਗੱਡੀ ਦੀ ਬ੍ਰੇਕ ਕਿੰਨੀ ਕੁ ਲੱਗਣੀ ਹੈ, ਅਤੇ ਉਹਦੇ ਨਾਲ ਇੱਦਾਂ ਆਉਂਦੇ ਆ ਨਸ਼ੇੜੀ ਜਿਹੜੇ ਆ, ਜਾਂ ਸ਼ਰਾਬੀ ਲਾ ਲਓ ਜਾਂ ਕੁਛ ਵੀ ਲਾ ਲਓ, ਮਤਲਬ ਉਹ ਮੂਹਰੇ ਆ ਜਾਂਦੇ, ਉਹਨਾਂ ਇਹ ਹੁੰਦਾ ਕੋਈ ਜਾਣ ਕੇ ਤਾਂ ਕਰਦਾ ਨਹੀਂਗਾ ਵੀ ਅਸੀਂ ਇਹ ਕੰਮ ਕਰ ਲਈਏ ਜੀ। ਅਤੇ ਤੁਸੀਂ ਕਿਵੇਂ ਦੇਖਦੇ ਹੋ ਹੁਣ ਇਹ ਜਿਹੜਾ ਸਟ੍ਰਾਈਕ ਵੀ ਚੱਲ ਸ਼ੁਰੂ ਹੋ ਗਈ ਆ, ਧਰਨੇ ਸ਼ੁਰੂ ਹੋ ਗਏ ਆ, ਲੋਕ ਖੱਜਲ ਖੁਆਰ ਵੀ ਹੋਣ ਕਾਫੀ ਹੋਣਗੇ, ਕਾਫੀ ਸਰਕਾਰਾਂ ਨੂੰ ਵੀ ਘਾਟਾ ਪਵੇਗਾ, ਤੁਸੀਂ ਕਿਵੇਂ ਇਹਨੂੰ ਦਿਆ? ਸਰਕਾਰਾਂ ਨੂੰ ਤਾਂ ਘਾਟਾ ਪੈਣਾ ਹੀ ਆ ਜੀ, ਜਦੋਂ ਕੋਈ ਚੀਜ਼ ਨਹੀਂ ਪਹੁੰਚਣੀ ਜੀ। ਹੁਣ ਡੀਜ਼ਲ ਪੈਟਰੋਲ ਵਾਲੇ ਆ, ਉਹਨਾਂ ਨੇ ਵੀ ਟੈਂਕਰ ਆਪਣੇ ਖੜ੍ਹੇ ਕਰ ਦਿੱਤੇ ਜੀ, ਅਤੇ ਜਦੋਂ ਪਾਣੀ ਜਾਂਦਾ ਕਿਤੇ, ਕੋਈ ਰਾਸ਼ਨ ਵਾਲੀ ਗੱਡੀ ਜਾਂਦੀ, ਸਬਜ਼ੀ ਵਾਲੀ ਗੱਡੀ ਜਾਂਦੀ, ਸਭ ਖੜੀਆਂ ਗੱਡੀਆਂ ਜਿੱਦਾਂ ਜਿੱਥੇ ਭਰੀਆਂ ਖੜੀਆਂ ਖੜੀਆਂ ਕਰਕੇ ਆ ਗਿਆ ਡਰਾਈਵਰ ਘਰਾਂ ਨੂੰ ਆਪਣੇ, ਅਸੀਂ ਵੀ ਆਪਣਾ ਝੋਲਾ ਚੱਕ ਕੇ ਚੱਲੇ ਘਰਾਂ ਨੂੰ ਜੀ। ਅਤੇ ਨਾਲ ਇਹ ਵੀ ਜੇ ਇੱਦਾਂ ਹੀ ਰਿਹਾ ਤਾਂ ਮਹਿੰਗਾਈ 'ਤੇ ਵੀ ਅਸਰ ਪਵੇਗਾ, ਲੋਕਾਂ ਦੀ ਜੇਬਾਂ 'ਤੇ ਵੀ ਅਸਰ ਪਵੇਗਾ। ਉਹ ਤਾਂ ਪੈਣਾ ਹੀ ਹੈ ਜੀ, ਮਹਿੰਗਾਈ 'ਤੇ ਵੀ ਪਊਗਾ, ਜੇਬਾਂ 'ਤੇ ਵੀ ਅਸਰ ਪੈਣਾ ਜੀ, ਜਦੋਂ ਰੁਕ ਜਾਣਾ ਨਹੀਂ ਕੁਛ ਵੀ, ਵਪਾਰੀ ਦਾ ਮਾਲ ਖਰਾਬ ਹੋਣਾ ਇਹ ਰਸਤੇ 'ਚ। ਅਤੇ ਬਹੁਤ ਸਾਰੇ ਕਈ ਵਾਰੀ ਇੱਦਾਂ ਦੇ ਵੀ ਹੋਣੇ ਆ ਜਿਹਨਾਂ ਨੇ ਅੱਜ ਤਾਂ ਫਾਇਦਾ ਵੀ ਲੈਣਾ, ਜਿਹੜੀ ਚੀਜ਼ ਦੁੱਗਣੇ ਰੇਟ 'ਚ ਵੀ ਵੇਚਣੀ, ਇੱਦਾਂ ਦਾ ਹਾਲਾਤ ਬਣ ਗਏ ਜੀ। ਉਹ ਤਾਂ ਹੈ ਹੀ ਆ ਜੀ, ਉਹ ਤਾਂ ਪਹਿਲਾਂ ਤੁਹਾਨੂੰ ਪਤਾ ਹੀ ਆ ਜੀ, ਉਹ ਤਾਂ ਪਹਿਲਾਂ ਕਰੂਗੇ ਜੀ। ਹਾਂਜੀ, ਮਹਿੰਗਾਈ 'ਤੇ ਅਗਲੇ ਡਬਲ ਪੈਸਿਆਂ 'ਤੇ ਵੇਚਣੀ ਹੈ ਚੀਜ਼, ਜਿਹੜੇ 10 ਰੁਪਏ ਚੀਜ਼ ਉਹ 50 ਰੁਪਏ 'ਚ ਜੀ। ਹਾਂਜੀ, ਹੁਣ ਜਿੱਦਾਂ ਆ ਪਿਆਜ਼ ਲਾ ਲਓ ਤੁਸੀਂ, ਪਿਆਜ਼ ਪਿੱਛੇ ਉਹਦਾ ਸਾਰਾ 10-12 ਰੁਪਏ ਕਿਲੋ ਆਉਂਦਾ ਜੀ, ਇੱਥੇ ਵਿਕਣ ਡਿਆ 50-60 ਰੁਪਏ ਕਿਲੋ ਜੀ। ਅੱਜ ਪੈਟਰੋਲ ਪੰਪਾਂ ਦੀ ਗੱਲ ਕਰੀਏ ਤਾਂ ਬੜੀਆਂ ਲਾਈਨਾਂ ਲੱਗੀਆਂ ਆ, ਇਹ ਵੀ ਸੁਣ ਜਾ ਜਿਹਦੇ ਅਮਲੇਰ ਕੋਲੇ ਦੇ ਵਿੱਚ ਕਹਿੰਦੇ 300 ਰੁਪਏ ਨੂੰ ਪੈਟਰੋਲ ਵੀ ਵਿਕਿਆ, ਇਹ ਕਹਿੰਦਾ ਇਹ ਵੀ ਲੋਕਾਂ ਦੀ ਜੇਬ 'ਤੇ ਭਾਰ ਪਿਆ ਸਰਕਾਰ ਦੇ ਫੈਸਲੇ ਨਾਲ। ਹਜੇ ਦੇਖੋ ਪੰਜਾਬ ਦੇ ਵਿੱਚ ਤਾਂ ਮਾੜਾ ਮੋਟਾ ਜਿਹਦਾ ਪੈਟਰੋਲ ਦੇਈ ਜਾਂਦੇ ਆ, ਹਿਮਾਚਲ ਤਾਂ ਬਿਲਕੁਲ ਬੰਦ ਕਰਤਾ ਉਹਨੇ, ਨਾ ਡੀਜ਼ਲ ਨਾ ਪੈਟਰੋਲ, ਬਿਲਕੁਲ ਪੰਪ ਬੰਦ ਆ। ਦੇਖੋ ਕਿੰਨਾ ਸਰਕਾਰੀ ਮੁਲਾਜ਼ਮ ਨੂੰ, ਹੋਰ ਲੋਕਾਂ ਨੂੰ ਕਿਤੇ ਦੁੱਖ ਸੁੱਖ 'ਚ ਆਉਣਾ ਜਾਣਾ, ਖੁਸ਼ੀਆਂ 'ਚ ਆਉਣਾ ਜਾਣਾ, ਉਹ ਸਾਰਾ ਰੁਕ ਗਿਆ, ਸਾਰਾ ਰੁਕਿਆ ਜੀ, ਸਾਰਾ ਲਾ ਹੁਣ ਪੰਪਾਂ 'ਤੇ ਜਾਮ ਲੱਗਿਆ, ਲੋਕ ਮਿਹਨਤਾਂ ਕਰਦੇ ਜੀ, ਤਾਲੇ ਕਰਦੇ, ਨਹੀਂ ਮਿਲ ਰਿਹਾ ਜੀ ਤੇਲ। ਇੱਕ ਗੱਲ ਹੋਰ ਜੀ, ਜਦੋਂ ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਥਾਂ ਥਾਂ ਬੋਰਡ ਲੱਗੇ ਹੁੰਦੇ ਸੀ, ਕੇਵਲ ਸੱਜੇ ਪਾਸੇ ਤੋਂ ਹੀ ਮਤਲਬ ਓਵਰਟੇਕ ਕਰੋ। ਹੁਣ ਜਿਹੜਾ ਹੁਣ ਦੇ ਹਾਲਾਤ ਵਾ, ਹੁਣ ਥੱਲੇ ਦੀ ਇਸ ਖੱਬੇ ਪਾਸੇ ਦੀ ਮਤਲਬ ਕਾਰ ਵਾਲਾ, ਕੋਈ ਬਾਈਕ ਵਾਲਾ ਕੋਈ ਵੀ ਆ, ਉਹ ਥੱਲੇ ਵਾਲੇ ਪਾਸੇ ਦੀ ਮਤਲਬ ਕ੍ਰੋਸ ਕਰਦਾ, ਥੱਲੇ ਮਤਲਬ ਓਵਰਟੇਕ ਕਰਦਾ।
ਉਹਦੇ 'ਚ ਤਾਂ ਡਰਾਈਵਰ ਮਹਿਕਮੇ ਦਾ ਡਰਾਈਵਰ ਦਾ ਜਾਂ ਕੋਈ ਮਾਲਕ ਖੁਦ ਗੱਡੀ ਚਲਾਉਂਦਾ ਉਹਦਾ ਕੋਈ ਕਸੂਰ ਨਹੀਂ, ਉਹਨੂੰ ਕਸੂਰਵਾਰ ਗਿਣਦੇ ਹੀ ਨਹੀਂ ਕਾਰ ਵਾਲੇ ਨੂੰ, ਨਾ ਬਾਈਕ ਵਾਲੇ ਨੂੰ, ਨਾ ਹੋਰ ਕਿਸੇ ਨੂੰ, ਚੁੱਪ ਕਰਕੇ ਥੋਪ ਦਿੰਦੇ ਆ ਟਰੱਕ 'ਤੇ, ਇਹਨੂੰ ਲਓ ਕਾਬੂ, ਇਹਨੂੰ ਕਰੋ ਅੰਦਰ। ਨਹੀਂ ਹੋਰ ਵੀ ਚੀਜ਼ ਆ, ਜਿਵੇਂ ਅੱਗੇ ਪਹਿਲਾਂ ਸਿੰਗਲ ਸੜਕਾਂ ਆਉਂਦੀਆਂ, ਡਬਲ ਸੜਕਾਂ ਬਣ ਗਈਆਂ, ਫੋਰ ਲਾਈਨ ਬਣ ਗਈਆਂ, ਸਪੀਡ ਅਨਲਿਮਿਟਿਡ ਹੁੰਦੀ ਆ, ਦੇਖਦੇ ਵੀ ਨਹੀਂ ਕਿਹੜਾ ਕੋਰਨਰ ਆ ਗਿਆ, ਕਿੱਥੇ ਕੀ ਆ ਗਿਆ, ਸਾਈਨ ਬੋਰਡ ਨਹੀਂ ਕੋ ਦੇਖਦਾ, ਕੁਛ ਨਹੀਂ ਦੇਖਦਾ, ਇਹ ਵੀ ਕਾਰਨ ਬਣਦੇ ਨੇ, ਰੀਜ਼ਨ ਐਕਸੀਡੈਂਟ ਜ਼ਿਆਦਾ। ਗੱਲ ਸਰ ਇਹ ਆ ਵੀ ਇਹ ਇੰਡੀਆ ਆਪਣਾ ਹੈ ਨਾ, ਇਹ ਇੰਡੀਆ ਯੂਰਪ ਦਾ ਹੈ ਨਹੀਂ, ਇਹ ਯੂਰਪ ਦੇਸ਼ਾਂ 'ਚ ਆ, ਮਤਲਬ ਖੱਬੇ ਪਾਸੇ ਦੀ ਮਤਲਬ ਕ੍ਰੋਸ ਕਰੋ, ਇਹਨਾਂ ਤਾਂ ਆਪਾਂ ਨੂੰ ਵੀ ਪਤਾ ਨਾ, ਉਹ ਯੂਰਪ ਦੇਸ਼ਾਂ 'ਚ ਆ ਵੀ ਮਤਲਬ ਉਹ ਜਿਹੜੇ ਜੋ ਵੀ ਓਵਰਟੇਕ ਕਰਦੇ ਆ ਉਹ ਖੱਬੇ ਪਾਸੇ ਦੀ ਕਰਦੇ ਆ, ਇਹ ਥਾਂ ਥਾਂ ਬੋਰਡ ਲੱਗੇ ਸੀ ਪਹਿਲਾਂ, ਤੁਹਾਨੂੰ ਵੀ ਸ਼ਾਇਦ ਪਤਾ ਹੋਣਾ ਵੀ ਕੇਵਲ ਸੱਜੇ ਪਾਸੇ ਤੋਂ ਹੀ ਓਵਰਟੇਕ ਕਰੋ ਕਿ ਉਹਦੇ ਵਿੱਚ ਕੋਈ ਵੀ ਮਤਲਬ ਕੋਈ ਐਕਸੀਡੈਂਟ ਦੀ ਸੰਭਾਵਨਾ ਘੱਟ ਜਾਂਦੀ ਆ, ਅਤੇ ਪਹਿਲੀ ਗੱਲ ਤਾਂ ਹੁੰਦਾ ਹੀ ਨਹੀਂ। ਸਪੀਡ ਲਿਮਿਟ ਵੀ ਅੱਗੇ ਹੁੰਦੀ ਸੀ, ਹੁਣ ਕੋਈ ਦੇਖਦਾ ਨਹੀਂ, ਲਿਖਿਆ ਜ਼ਰੂਰ ਹੁੰਦਾ ਵੀ ਕਾਰ ਇੰਨੀ ਸਪੀਡ 'ਤੇ, ਛੋਟਾ ਵਾਹੀਕਲ ਇੰਨੀ ਸਪੀਡ 'ਤੇ, ਬਾਈ ਵੀ ਇੰਨੀ ਸਪੀਡ, ਪਰ ਹੁਣ ਕੋਈ ਨਹੀਂ ਦੇਖਦਾ, ਨਾ ਛੋਟਾ ਵਾਹੀਕਲ ਦੇਖਦਾ, ਨਾ ਬੜਾ ਵਾਹੀਕਲ ਦੇਖਦਾ, ਇੱਕ ਦੋ ਨੂੰ ਰੇਸ ਵੀ ਲੱਗੀ ਹੋਈ ਆ, ਦੌੜ ਵੀ ਲੱਗੀ ਹੋਈ ਆ, ਇਹ ਵੀ ਮੰਨਦੇ ਹੋ ਤੁਸੀਂ? ਹਾਂਜੀ ਹਾਂਜੀ ਬਿਲਕੁਲ, ਇਹ ਤਾਂ ਸਭ ਤੋਂ ਅਹਿਮ ਗੱਲ ਇਹ ਆ, ਹੁਣ ਲੋਕਾਂ ਨੂੰ ਪਹਿਲੀ ਗੱਲ ਤਾਂ ਸਬਰ ਹੀ ਹੈ ਨਹੀਂ ਗਾ, ਲੋਕਾਂ ਦਾ ਸਬਰ ਟੁੱਟ ਚੁੱਕਿਆ, ਹੁਣ ਉਹ ਇੱਕ ਦੇਖਦੇ ਆ ਮੈਂ ਮੋਹਰੇ ਮਰ ਜਾਣਾ ਮਨਜ਼ੂਰ ਆ, ਕੀ ਆ ਵੇ ਤੋਂ ਮੈਂ ਮੋਹਰੇ ਲੰਘਣਾ, ਇਹਨੂੰ ਕ੍ਰੋਸ ਕਰਨਾ ਹੀ ਕਰਨਾ, ਅਤੇ ਹੋਰ ਬਾਕੀ ਤੁਸੀਂ ਦੇਖਦੇ ਹੀ ਆ ਸਾਰਾ ਕੁਛ ਜਦੋਂ ਵਾਪਰ ਰਿਹਾ ਉਹ ਠੀਕ ਨਹੀਂ ਹੈ, ਮਤਲਬ ਆਉਣ ਵਾਲੇ ਦਿਨਾਂ 'ਚ ਜ਼ਿਆਦਾ ਮਤਲਬ ਇੱਕ ਹਾਲਾਤ ਵਿਗੜ ਸਕਦੇ ਆ, ਅਤੇ ਜਿਹੜੇ ਇਹਨਾਂ ਨੇ ਕਾਨੂੰਨ ਬਣਾਏ ਆ ਉਹ ਤਾਂ ਬਿਲਕੁਲ ਹੈ ਹੀ ਸਰਾਸਰ ਗਲਤ, ਕਿਉਂਕਿ ਜੇ ਡਰਾਈਵਰ ਇੰਨੇ ਯੋਗਾ ਹੋਵੇ ਜਾਂ ਮਾਲਕ ਇੰਨੇ ਯੋਗਾ ਹੋਵੇ ਤਾਂ ਗੱਡੀ ਕਾਹਦੇ ਫਿਰ ਬੰਗਲਾ ਕਾਹਨੂੰ ਘੁਮਾਵੇ ਆਪਣਾ ਰੋਡ 'ਤੇ, ਅਤੇ ਘਰ ਨਾ ਬੈਠ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਸਮੇਂ ਸਾਡੇ ਨਾਲ ਟਰੱਕ ਯੂਨੀਅਨ ਦੇ ਚਾਲਕ ਜਿਨ੍ਹਾਂ ਨੇ ਦੱਸਿਆ ਕਿ ਸਰਕਾਰ ਦਾ ਫੈਸਲਾ ਬੜਾ ਗਲਤ ਹੈ, ਇਹ ਜੋ ਮੋਦੀ ਸਰਕਾਰ ਨੇ ਫੈਸਲਾ ਲਿਆ ਇੱਕ ਪਾਸੇ ਥੋਪਿਆ ਗਿਆ ਹੈ, ਕਿਉਂਕਿ ਇਹ ਜੇ ਅਗਰ ਐਕਸੀਡੈਂਟ ਹੁੰਦਾ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ, ਜਾਂਚ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਆ, ਬਲਕਿ ਇਹ ਨਹੀਂ ਕਿ ਜੇ ਟਰੱਕ ਦਾ ਚਾਲਕ ਜੇ ਐਕਸੀਡੈਂਟ ਹੋਇਆ ਤਾਂ ਉਹਨੂੰ ਚੱਕ ਕੇ ਲੈ ਕੇ ਜਾਂਦਾ ਤਾਂ ਵੀ ਉੱਥੇ 7 ਸਾਲ ਦੀ ਸਜ਼ਾ, 7 ਲੱਖ ਜੁਰਮਾਨਾ, ਜੇ ਉਹ ਚੱਕ ਕੇ ਨਹੀਂ ਜਾਂਦਾ, ਹਿੱਟ ਐਂਡ ਰਨ ਦੀ ਗੱਲ ਕੀਤੀ ਆ ਵੀ ਹਿੱਟ ਕਰਕੇ ਦੌੜ ਜਾਣਾ, ਕਿਉਂਕਿ ਕਈ ਵਾਰ ਹਾਲਾਤ ਇਹੋ ਜਿਹਾ ਬਣ ਜਾਂਦੇ ਚਾਲਕ ਨੂੰ ਦੌੜਨਾ ਪੈਂਦਾ, ਕਿਉਂਕਿ ਲੋਕ ਇਕੱਠੇ ਹੋ ਜਾਂਦੇ, ਲੋਕ ਕੁੱਟ ਕੁੱਟ ਕੇ, ਵੈਸੇ ਹੀ ਉਹਦਾ ਵਿਚਾਰੇ ਦਾ ਬੁਰਾ ਹਾਲ ਆ, ਜਦਕਿ ਉਹਦਾ ਕਸੂਰ ਹੋਵੇ ਜਾਂ ਨਾ ਹੋਵੇ ਇਹ ਬਾਅਦ 'ਚ ਪਤਾ ਲੱਗਦਾ, ਪਰ ਉਹਨੂੰ ਜਿਹੜਾ ਕੁੱਟ ਕੇ ਉਹਨੂੰ ਉਸ ਵੇਲੇ ਜ਼ਖਮੀ ਕਰ ਦੇਣਾ, ਉੱਥੇ ਤਾਂ ਹਾਲ ਮਰਿਆ ਤੱਕ ਛੱਡ ਦੇਣਾ, ਇਸ ਫੈਸਲੇ ਦੇ ਉੱਤੇ ਵੀ ਜਿਹੜਾ ਸਰਕਾਰ ਨੂੰ ਸੋਚਣਾ ਚਾਹੀਦਾ ਸੀ, ਔਰ ਇੱਕ ਫੈਸਲਾ ਜਿਹੜਾ ਲਿਆ ਗਿਆ ਇਹਨੂੰ ਸਾਰੇ ਲੋਕਾਂ ਨੇ ਨਕਾਰਿਆ, ਔਰ ਜਿਹਦੀ ਬਦੌਲਤ ਅੱਜ ਜਿਹੜਾ ਆ ਪੈਟਰੋਲ ਪੰਪਾਂ ਦੇ ਉੱਤੇ ਗੈਸ ਸਿਲੰਡਰ ਜਿਹੜੇ ਆ ਉਹ ਨਹੀਂ ਮਿਲ ਰਿਹਾ, ਹੋਰ ਵੀ ਜਿਹੜੀ ਚੀਜ਼ ਆ ਉਹ ਮਹਿੰਗਾਈ ਦੀ ਮਾਰ ਵੀ ਜਿਹੜੀ ਆ ਲੋਕਾਂ ਦੇ ਉੱਤੇ ਪੈਣੀ ਆ, ਸੋ ਸਾਰਿਆਂ ਦਾ ਇੱਕੋ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਫੈਸਲੇ ਵਾਪਸ ਲੈਣੇ ਚਾਹੀਦੇ, ਅਗਰ ਨਹੀਂ ਲੈਂਦੇ ਤਾਂ ਇਹਦੇ ਜਿਹੜੇ ਅੱਗੇ ਹੋਰ ਘਾਤਕ ਨਤੀਜੇ ਨਿਕਲਣਗੇ।